ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਨੂੰ ਤਾਕ 'ਤੇ ਲਾਉਣ ਵਾਲੇ 8 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ ਕੁਛ ਦਿਨ ਪਹਿਲਾਂ ਫਾਜ਼ਿਲਕਾ ਦੌਰੇ 'ਤੇ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਹੁਸ਼ਿਆਰਪੁਰ ਤੋਂ ਵੀ ਕੁਛ ਮੁਲਾਜ਼ਮਾਂ ਦੀ ਡਿਊਟੀ ਉਹਨਾਂ ਦੀ ਤੀਮਾਰਦਾਰੀ 'ਚ ਲਾਈ ਗਈ ਸੀ, ਕਿਉਂਕਿ ਸੂਬੇ ਦੇ ਮੁੱਖ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਿਸ ਦੀ ਹੁੰਦੀ ਹੈ ਅਤੇ ਹੁਸ਼ਿਆਰਪੁਰ ਤੋਂ ਵੀ ਪੁਲਿਸ ਮੁਲਾਜ਼ਮ ਉੱਥੇ ਭੇਜੇ ਗਏ ਸੀ। ਪਰ ਇਹ ਕਿ ਮੁਲਾਜ਼ਮਾਂ ਨੇ ਤਾਂ ਉਹਨਾਂ ਦੀ ਸਿਕਿਉਰਿਟੀ ਨੂੰ ਹੀ ਤਾਕ 'ਤੇ ਲਾ ਦਿੱਤਾ, ਯਾਨੀ ਕਿ 8 ਮੁਲਾਜ਼ਮ ਫਾਜ਼ਿਲਕਾ ਪਹੁੰਚੇ ਹੀ ਨਹੀਂ। ਜਦੋਂ ਇਸ ਗੱਲ ਦਾ ਪਤਾ ਹੁਸ਼ਿਆਰਪੁਰ ਦੇ ਪੁਲਿਸ ਮੁਖੀ ਨੂੰ ਲੱਗਿਆ ਤਾਂ ਤਤਕਾਲ ਇਸ ਮਾਮਲੇ 'ਚ ਕਾਰਵਾਈ ਕਰ ਦਿੱਤੀ ਗਈ ਹੈ। ਇਸ ਮਾਮਲੇ 'ਚ 8 ਪੁਲਿਸ ਮੁਲਾਜ਼ਮਾਂ ਨੂੰ ਤਤਕਾਲ ਪ੍ਰਭਾਵ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹੀ ਹੈ ਕਿ ਫਾਜ਼ਿਲਕਾ ਦੇ ਵਿੱਚ ਲੱਗੀ CM ਡਿਊਟੀ 'ਤੇ ਇਹ ਜਨਾਬ ਨਹੀਂ ਸੀ ਪਹੁੰਚੇ ਅਤੇ 8 ਦੇ 8 ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ ਹੁਸ਼ਿਆਰਪੁਰ ਪੁਲਿਸ ਦੇ SP, ਕਿਉਂ ਸਸਪੈਂਡ ਕੀਤੇ ਗਏ 8 ਦੇ 8 ਮੁਲਾਜ਼ਮ। ਬੇਸਿਕਲੀ ਇਹ 'ਚ ਸਾਡੀ 14 ਤਰੀਕ ਨੂੰ ਲੋਅ ਐਂਡ ਆਰਡਰ ਡਿਊਟੀ ਦੇ ਸੰਬੰਧ 'ਚ ਫੋਰਸ ਗਈ ਸੀ ਫਤਿਹਗੜ੍ਹ ਸਾਹਿਬ। ਕੁਛ ਸਾਡੇ ਮੁਲਾਜ਼ਮ ਉਸ ਡਿਊਟੀ 'ਚ ਅਣਗਹਿਲੀ ਕਰਦੇ ਹੋਏ ਉੱਥੇ ਨਹੀਂ ਪਹੁੰਚੇ ਸੀਗੇ। ਜਦੋਂ ਅਸੀਂ ਉਹ ਡਿਊਟੀਆਂ ਨੂੰ ਚੈੱਕ ਕਰਾਇਆ ਉਹ 'ਚ ਸਾਨੂੰ 8 ਮੁਲਾਜ਼ਮਾਂ ਦਾ ਪਤਾ ਲੱਗਾ ਵੀ ਜਿਹੜੇ ਉੱਥੇ ਡਿਊਟੀ 'ਤੇ ਨਹੀਂ ਪਹੁੰਚੇ। ਅਸੀਂ ਉਹਨਾਂ ਦਾ ਮੁਅੱਤਲ ਕਰਕੇ ਉਹਨਾਂ ਦੀ ਡਿਪਾਰਟਮੈਂਟਲ ਇਨੀਸ਼ੀਏਟ ਕੀਤੀ ਹੈ। ਅਤੇ ਮੈਂ ਗਾਂਹ ਤੋਂ ਵੀ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਮੁਲਾਜ਼ਮ ਹੈਗੇ ਆ ਪ੍ਰੋਪਰ ਆਪੋ ਆਪਣੀ ਡਿਊਟੀ ਪ੍ਰੋਪਰ ਕਰਨ ਤਾਂ ਕਿ ਕਿਸੇ ਨਾਲ ਇੱਦਾਂ ਦੀ ਗੱਲ ਨਾ ਹੋ। ਨਹੀਂ, ਇਹ 'ਚ NGO ਵੀ ਹੈਗੇ ਨੇ, ਲੇਡੀ ਕੋਂਸਟੇਬਲ ਵੀ ਹੈਗੇ ਨੇ ਅਤੇ ਵੈਸੇ ਵੀ ਮੁਲਾਜ਼ਮ ਹੈਗੇ ਆ, 8 ਮੁਲਾਜ਼ਮ ਨੇ ਟੋਟਲੀ। ਖੋਇਆ ਪਿਆਰ ਵਾਪਸ ਪਾਏ, ਮਨਚਾਹੀ ਸ਼ਾਦੀ, ਗ੍ਰਹਿ ਕਲੇਸ਼ ਖਤਮ ਕਰਨੇ ਕੇ ਉਪਾਏ, ਕਾਰੋਬਾਰ ਮੇਂ ਹਾਨੀ, PR ਵਿਦੇਸ਼ ਯਾਤਰਾ, ਲੋਟਰੀ ਨੰਬਰ, ਮੁਠਕਰਮੀ ਵਸ਼ੀਕਰਨ, ਹਰ ਸਮੱਸਿਆ ਕਾ ਸਮਾਧਾਨ, ਬਸ ਫੋਨ ਉਠਾਏ ਔਰ ਸਕਰੀਨ ਪਰ ਦਿਖਾਏ ਨੰਬਰ ਪਰ ਫੋਨ ਘੁਮਾਏ, 9815705376। ਬਾਬਾ ਅਘੋਰੀਨਾਥ।